ਉਸ ਕਣਕ ਨੂੰ ਪਾਣੀ ਵੀ ਲਾਉਂਦੇ ਰਹੇ ਉਸ ਕਣਕ ਦੇ ਵਿੱਚ ਅਸੀਂ ਰੇਹਾਂ ਤੇ ਸਪਰੇਹਾਂ ਵੀ ਪਾਈਆਂ ਉਸ ਕਣਕ ਨੂੰ ਜਦੋਂ ਅਸੀਂ ਪਾਲ ਕੇ ਹੁਣ ਅਸੀਂ ਵੱਢਣ ਦੀ ਤਿਆਰੀ ਕਰ ਰਹੇ ਸੀ ਤਾਂ ਪਰ ਜਿਹੜਾ ਪ੍ਰਸ਼ਾਸਨ ਅਸੀਂ ਵੱਢਣ ਲੱਗ ਗਏ ਸੀਗੇ ਪਰ ਉੱਥੋਂ ਦੇ ਸਰਪੰਚ ਨੇ ਨੈਭ ਸਿੰਘ ਨੇ ਔਰ ਭੁੰਦੜ ਪਿੰਡ ਦਾ ਜਿਹੜਾ ਗੁਰਚਰਨ ਸਿੰਘ ਹੈ ਉਹਨਾਂ ਨੇ ਸਾਨੂੰ ਆ ਕੇ ਗਾਲਾਂ ਵੀ ਕੱਢੀਆਂ ਔਰ ਸਾਨੂੰ ਕਣਕ ਵੱਢਣ ਤੋਂ ਵੀ ਰੋਕਿਆ ਉਸ ਤੋਂ ਬਾਅਦ ਉਹ ਪ੍ਰਸ਼ਾਸਨ ਤੇ ਜਿਹੜੇ ਸਿਆਸੀ ਪਾਰਟੀਆਂ ਦੇ ਲੀਡਰ ਹੈ ਉਹਨਾਂ ਦੀ ਸ਼ਹਿਤ ਸਾਡੇ ਨਾਲ ਧੱਕਾ ਕਰ ਰਹੇ ਨੇ ਉਸ ਪਰਿਵਾਰ ਹੀ ਮਤਲਬ ਇਸ ਜ਼ਮੀਨ ਦਾ ਮਾਲਕ ਹੈ ਤਾਂ ਵਿਰੋਧੀ ਧਿਰ ਸਾਡੇ ਨਾਲ ਸਿਆਸੀ ਪਾਰਟੀ ਜਿਹੜੀ ਐਮਐਲਏ ਹੈ ਸੁਖਬੀਰ ਮੈਸਰਖਾਨਾ ਉਹਨਾਂ ਦੀ ਸ਼ਹਿਤ ਨਾਲ ਹੀ ਸਾਰਾ ਕੁਝ ਹੁੰਦਾ ਹੈ ਪੁਲਿਸ ਦੀ ਰੱਖੀ ਸੰਧੀ ਨਾਲ ਜਿਵੇਂ ਲਿਖਤੀ ਰੂਪ ਦੇ ਵਿੱਚ ਥਾਣੇ ਦੇ ਵਿੱਚ ਸਮਝੌਤਾ ਹੋਇਆ ਉਸ ਸਮਝੌਤੇ ਦੇ ਤਹਿਤ ਆਪਾਂ ਕੰਕਵਟ ਲੈਣੇ ਆ ਪਰ ਨੈਵ ਸਿੰਘ ਸਰਪੰਚ ਦਾ ਇਹ ਕਹਿਣਾ ਸੀ ਕਿ ਜਿਹੜਾ ਭੁੰਦੜ ਵਾਲਾ ਪਰਿਵਾਰ ਹੈ ਉਹ ਇਸ ਸਮਝੌਤੇ ਤੋਂ ਮੁੱਕਰ ਚੁੱਕਿਆ ਸੀ। ਸਿੱਕਲ ਤੁਸੀਂ ਲੋਕ ਅਵਾਜ਼ ਟੀਵੀ ਵੇਖ ਰਹੇ ਹੋ ਮੈਂ ਮਨਪ੍ਰੀਤ ਰਾਮੜਵਾਸ ਸੂਬੇ ਦੀ ਨਵੀਂ ਸਰਕਾਰ ਬਣਦੀ ਹੈ ਨਵੀਂ ਸਰਕਾਰ ਇਹ ਕਹਿੰਦੀ ਹੈ ਕਿ ਇਹ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਹੋਵੇਗਾ ਜਿਸ ਤਰ੍ਹਾਂ ਦਾ ਸਰਕਾਰਾਂ ਦੇ ਵੱਲੋਂ ਰਵਈਆ ਅਪਣਾਇਆ ਜਾਂਦਾ ਸੀ ਉਸ ਤਰ੍ਹਾਂ ਦਾ ਰਵਈਆ ਨਹੀਂ ਅਪਣਾਇਆ ਜਾਵੇਗਾ। ਔਰ ਨਾਲ ਦੀ ਨਾਲ ਇਹ ਵੀ ਗੱਲ ਹੁੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਹਰ ਇੱਕ ਨੂੰ ਇਨਸਾਫ ਮਿਲੇਗਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਪ੍ਰੈਸ਼ਰ ਨਹੀਂ ਹੋਵੇਗਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਖੁੱਲ ਹੋਵੇਗੀ ਕਿ ਲੋਕਾਂ ਦੇ ਨਾਲ ਨਿਆਂ ਕਰਨ ਲੋਕਾਂ ਨੂੰ ਨਿਆਂ ਜਿਹੜਾ ਦੇਣ ਦਾ ਉਹਨਾਂ ਦਾ ਹਰ ਸੰਭਵ ਕੋਸ਼ਿਸ਼ ਰਹੇਗੀ ਲੇਕਿਨ ਜਿਸ ਤਰ੍ਹਾਂ ਦੀਆਂ ਖਬਰਾਂ ਇੱਕ ਮਹੀਨਾ ਹੋਇਆ ਸਰਕਾਰ ਬਣੀ ਨੂੰ ਲੇਕਿਨ ਜੋ ਤੁਹਾਡੇ ਨਾਲ ਅੱਜ ਸਾਂਝਾ ਕਰਨ ਜਾ ਰਹੇ ਆਂ ਸ਼ਾਮ ਦਾ ਸਮਾਂ ਆ ਤੇ ਇੱਕ ਪਰਿਵਾਰ ਜਿਹੜਾ ਥਾਣੇ ਦੇ ਅੰਦਰ ਹੈ ਤਾਂ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ 8 ਨਵੰਬਰ ਨੂੰ ਇੱਕ ਜ਼ਮੀਨੀ ਮਸਲੇ ਨੂੰ ਲੈ ਕੇ ਪਿੰਡ ਭੁੰਦੜ ਜ਼ਿਲ੍ਹਾ ਬਠਿੰਡਾ ਦੇ ਵਿੱਚ ਕਤਲ ਹੋ ਜਾਂਦਾ ਹੈ ਕਤਲ ਤੋਂ ਬਾਅਦ ਦੋਸ਼ੀ ਜਿਹੜੇ ਉਹ ਜੇਲ੍ਹ ਦੇ ਅੰਦਰ ਚਲੇ ਜਾਂਦੇ ਨੇ ਪਰਿਵਾਰ ਦਾ ਮਸਲਾ ਫਿਰ ਵੀ ਜਿਉਂ ਦੀ ਤਿਉਂ ਰਹਿੰਦਾ ਪੂਰੇ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ ਅੱਜ ਜਿਹੜਾ ਮਸਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇੱਕ ਪਰਿਵਾਰ ਜਿਹੜਾ ਦੋਸ਼ੀ ਪਰਿਵਾਰ ਹੈ ਜੇਲ੍ਹ ਦੇ ਅੰਦਰ ਹੈ ਔਰ ਦੂਸਰਾ ਪਰਿਵਾਰ ਜਿਨ੍ਹਾਂ ਦੀ ਉਹ ਜ਼ਮੀਨ ਸੀ ਜਿਹੜੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਬਿਵਾਦ ਸੀ ਉਹ ਪਰਿਵਾਰ ਦੇ ਵੱਲੋਂ ਜਿਹੜੀ ਹੈਗੀ ਆ ਕਣਕ ਵੀਜੀ ਜਾਂਦੀ ਹੈ ਲੇਕਿਨ ਜਦੋਂ ਕਣਕ ਕੱਟਣ ਤੇ ਆਉਂਦੀ ਹੈ ਤਾਂ ਪਰਿਵਾਰ ਦਾ ਸਿੱਧਾ ਸਿੱਧਾ ਦੋਸ਼ ਹੈ ਕਿ ਕਣਕ ਹੈ ਜਿਹੜੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮਿਲ ਕੇ ਪ੍ਰਸ਼ਾਸਨ ਦੇ ਵੱਲੋਂ ਹੀ ਕੱਟੀ ਗਈ ਹੈ ਔਰ ਮੌਕੇ ਦੇ ਜਿਹੜੇ ਐਮਐਲਏ ਨੇ ਸੁਖਵੀਰ ਸਿੰਘ ਮੈਸਰਖਾਨਾ ਉਹਨਾਂ ਦੇ ਉੱਤੇ ਵੀ ਵੱਡੇ ਇਲਜ਼ਾਮ ਆ ਜਿਹੜੇ ਪਰਿਵਾਰ ਲਗਾ ਰਿਹਾ ਹੈ ਗੱਲਬਾਤ ਕਰ ਲੈਣੇ ਆ ਪੂਰੀ ਗੱਲਬਾਤ ਕੀ ਹੈ ਕੀ ਮਸਲਾ ਕੀ ਹੈ ਅੱਜ ਕੀ ਹੋਇਆ ਕਤਲ ਤੋਂ ਬਾਅਦ ਕਿਸ ਤਰ੍ਹਾਂ ਦਾ ਰਿਹਾ ਅੱਜ ਕੀ ਮਸਲਾ ਹਾਂਜੀ ਜਿਹੜੇ ਜ਼ਮੀਨ ਦੇ ਮਾਲਕ ਹੈ ਉਹ ਅਸੀਂ ਆਂ ਜ਼ਮੀਨ ਦੀ ਇੰਤਕਾਲ ਗਰਦੌਰੀਆਂ ਰਜਿਸਟਰੀਆਂ ਉਹ ਸਾਰਾ ਕੁਝ ਸਾਡੇ ਨਾਮ ਆ ਹਾਈ ਕੋਰਟ ਤੱਕ ਅਸੀਂ ਕੇਸ ਜਿੱਤੇ ਹੋਏ ਆਂ ਔਰ ਜਿਹੜਾ ਨਰਮੇ ਦਾ 2015 ਦੇ ਵਿੱਚ ਮੁਆਵਜ਼ੇ ਦਾ ਚੈੱਕ ਮਿਲਿਆ ਉਹ ਵੀ ਸਾਡੇ ਪਰਿਵਾਰ ਨੂੰ ਹੀ ਮਿਲਿਆ ਹੋਇਆ ਜੀ ਹਾਂਜੀ ਪਰ ਉਸ ਤੋਂ ਬਾਅਦ ਜਿਹੜਾ ਭੁੰਦੜਲ ਜਿਹੜੀ ਸਾਡੀ ਵਿਰੋਧੀ ਤੇ ਰਿਹਾ ਕਿਉਂਕਿ ਜ਼ਮੀਨ ਭੁੰਦੜ ਹੈ ਅਸੀਂ ਸਵਾ 6 ਕਿੱਲੇ ਜਿਹੜੇ ਉਹ ਦੜ ਬੈ ਲਈ ਸੀਗੀ ਔਰ ਜਿਸ ਬੰਦੇ ਤੋਂ ਅਸੀਂ ਜ਼ਮੀਨ ਬੈ ਲਈ ਸੀ ਉਸ ਜ਼ਮੀਨ ਦੀਆਂ ਉਸ ਜ਼ਮੀਨ ਦੇ ਮਾਲਕ ਦੇ ਬੰਦੇ ਦੀਆਂ ਗਵਾਹੀਆਂ ਪੈ ਕੇ ਅਸੀਂ ਉਹ ਕੇਸ ਵੀ ਜਿੱਤੇ ਹੋਏ ਆ ਔਰ ਉਹ ਬੰਦਾ ਵੀ ਸਾਡੇ ਨਾਲ ਸਹਿਮਤ ਆ ਪਰ ਜਿਹੜੇ ਉਹਦੇ ਚਾਚੇਤਾਏ ਆ ਜਿਨ੍ਹਾਂ ਦਾ ਇਸ ਜ਼ਮੀਨ ਦੇ ਵਿੱਚ ਲੱਲਾ ਖੱਖਾ ਹੀ ਨਹੀਂ ਹੈਗਾ ਉਹ ਪ੍ਰਸ਼ਾਸਨ ਤੇ ਜਿਹੜੇ ਸਿਆਸੀ ਪਾਰਟੀਆਂ ਵਾਲੇ ਲੀਡਰ ਹੈ ਉਹਨਾਂ ਦੀ ਸ਼ਹਿਤੇ ਸਾਡੇ ਨਾਲ ਧੱਕਾ ਕਰ ਰਹੇ ਨੇ ਉਸ ਜ਼ਮੀਨ ਤੇ ਕਰਜਾ ਕੀਤਾ ਪਰ ਜਦੋਂ ਅਸੀਂ ਇਹ ਹੁਣ ਕਤਲ ਹੋਣ ਤੋਂ ਪਹਿਲਾਂ ਦੋ ਦਿਨ ਪਹਿਲਾਂ ਅਸੀਂ ਉਹ ਕਣਕ ਬੀਜੀ ਹੋਈ ਸੀ ਉਸ ਕਣਕ ਨੂੰ ਪਾਣੀ ਵੀ ਲਾਉਂਦੇ ਰਹੇ ਉਸ ਕਣਕ ਦੇ ਵਿੱਚ ਅਸੀਂ ਰੇਹਾਂ ਤੇ ਸਪਰੇਹਾਂ ਵੀ ਪਾਈਆਂ ਉਸ ਕਣਕ ਨੂੰ ਜਦੋਂ ਅਸੀਂ ਪਾਲ ਕੇ ਹੁਣ ਅਸੀਂ ਵੱਢਣ ਦੀ ਤਿਆਰੀ ਕਰ ਰਹੇ ਸੀ ਤਾਂ ਪਰ ਜਿਹੜਾ ਪ੍ਰਸ਼ਾਸਨ ਅਸੀਂ ਵੱਢਣ ਲੱਗ ਗਏ ਸੀਗੇ ਪਰ ਉੱਥੋਂ ਦੇ ਸਰਪੰਚ ਨੇ ਨੈਭ ਸਿੰਘ ਨੇ ਔਰ ਪੂੰਦੜ ਪਿੰਡ ਦਾ ਜਿਹੜਾ ਗੁਰਚਰਨ ਸਿੰਘ ਹੈ ਉਹਨਾਂ ਨੇ ਸਾਨੂੰ ਆ ਕੇ ਗਾਲਾਂ ਵੀ ਕੱਢੀਆਂ ਔਰ ਸਾਨੂੰ ਕਣਕ ਵਟਣ ਤੋਂ ਵੀ ਰੋਕਿਆ ਉਸ ਤੋਂ ਬਾਅਦ ਅਸੀਂ ਪੁਲਿਸ ਦੇ ਐਸ ਐਚ ਓ ਸਾਹਿਬ ਕੋਲੇ ਆਏ ਐਸ ਐਚ ਓ ਸਾਹਿਬ ਕਹਿੰਦੇ ਵੀ ਕੋਈ ਗੱਲ ਨਹੀਂ ਦੋਨੋਂ ਧਿਰਾਂ ਦੀ ਬੀ ਬਿਠਾ ਕੇ ਗੱਲਬਾਤ ਕਰ ਲੈਣੇ ਆ ਔਰ ਥਾਣੇ ਦੇ ਵਿੱਚ ਇਹ 10 ਤਰੀਕ ਨੂੰ ਸਮਝੌਤਾ ਹੋ ਜਾਂਦਾ ਕਿ ਜਿਹੜੀ ਗਰਦੇਵ ਸਿੰਘ ਦਾ ਜਿਹੜਾ ਇਸ ਜ਼ਮੀਨ ਦਾ ਮਾਲਕ ਹੈ ਜਿਨੇ ਜਿੰਨੀ ਮਤਲਬ ਜ਼ਮੀਨ ਦੇ ਵਿੱਚ ਕਣਕ ਬੀਜੀ ਹੈ ਉਹ ਉਨੀ ਵੱਢ ਲੂਗਾ ਤੋਂ ਦੋਨੇ ਤਰ੍ਹਾਂ ਦੇ ਵਿੱਚ ਇਹ ਸਮਝੌਤਾ ਹੁੰਦਾ ਪਰ ਅਗਲੇ ਦਿਨ ਜਦੋਂ ਸਾਨੂੰ ਕੰਬਾਈਨ ਮਿਲ ਜਾਂਦੀ ਹੈ ਤਾਂ ਅਸੀਂ ਭੂੰਦੜ ਪਿੰਡ ਦੇ ਨੈਬ ਸਿੰਘ ਸਰਪੰਚ ਨੂੰ ਅਸੀਂ ਫੋਨ ਕਰਦੇ ਹਾਂ ਕਿ ਭਾਈ ਸਾਨੂੰ ਕਪੈਣ ਮਿਲ ਗਈ ਤੁਸੀਂ ਵੀ ਆ ਜੇ ਅਸੀਂ ਵੀ ਆ ਜਾਵਾਂਗੇ ਦੋਨੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਰਜਾਬੰਦੀ ਨਾਲ ਜਿਵੇਂ ਲਿਖਤੀ ਰੂਪ ਦੇ ਵਿੱਚ ਥਾਣੇ ਦੇ ਵਿੱਚ ਸਮਝੌਤਾ ਹੋਇਆ ਉਸ ਸਮਝੌਤੇ ਦੇ ਤਹਿਤ ਆਪਾਂ ਕਣਕ ਵੱਢ ਲੈਨੇ ਆ ਪਰ ਨੈਭ ਸਿੰਘ ਸਰਪੰਚ ਦਾ ਇਹ ਕਹਿਣਾ ਸੀ ਕਿ ਜਿਹੜਾ ਭੁੰਦੜ ਵਾਲਾ ਪਰਿਵਾਰ ਹੈ ਉਹ ਇਸ ਸਮਝੌਤੇ ਤੋਂ ਮੁੱਕਰ ਚੁੱਕਿਆ ਅਸੀਂ ਦੁਬਾਰਾ ਫੇਰ ਐਸਚੂ ਸਭ ਕੋਲੇ ਆਉਣੇ ਕਿ ਐਸਚੂ ਸਾਹਿਬ ਇੱਥੇ ਕਣਕ ਦਾ ਜਿਹੜਾ ਵੜਨ ਦਾ ਸਮਝੌਤਾ ਹੋਇਆ ਦੋਨਾਂ ਧਿਰਾਂ ਦੇ ਵਿੱਚ ਕਿ ਪੁੰਦੜ ਵਾਲੀ ਪਾਰਟੀ ਹੈ ਜਿਹੜੀ ਉਹ ਮੁਕਰ ਚੁੱਕੀ ਐ ਇਸ ਸਮਝੌਤੇ ਤੋਂ ਐਸ ਐਚਓ ਸਾਹਿਬ ਦੀ ਦਲੀਲ ਇਹ ਸੀ ਕਿ ਉਹ ਤਾਂ ਬਹੁਤ ਕਲੇਸੀ ਪਰਿਵਾਰ ਐ ਉਹਨਾਂ ਦੇ ਰਿਸ਼ਤੇਦਾਰ ਕਲੇਸੀ ਆ ਇਹ ਕੋਈ ਠੋਸ ਦਲੀਲ ਨਹੀਂ ਹੈਗੀ ਪਰ ਐਸ ਐਚਓ ਸਾਹਿਬ ਤੇ ਇੱਥੋਂ ਦੇ ਡਿਪਟੀ ਮੋੜ ਪਰਮਜੀਤ ਸਿੰਘ ਤੇ ਵੀ ਇੱਥੋਂ ਦੇ ਐਮ ਐਲ ਏ ਜਿਹੜਾ ਸੁਖਬੀਰ ਮੈਸਟਰਖਾਨਾ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਮੋੜ ਹਰਕੇ ਦੇ ਉਹਨਾਂ ਸਾਰਿਆਂ ਦੇ ਰਲ ਮਿਲੀ ਭੁਗਤਕਾਰ ਨਹੀਂ ਸਾਡੀ ਜਿਹੜੀ ਵਿਰੋਧੀ ਤੇ ਰ ਹੈ ਐਂਟੀ ਪਾਰਟੀ ਹੈ ਉਹਨਾਂ ਨੇ ਇਸ ਜ਼ਮੀਨ ਨੂੰ ਅੱਜ ਕੱਟ ਫਸਲ ਕੱਟੀ ਹੈ तकरीबन 5 ਵਜੇ ਦੇ ਕਰੀਬ ਔਰ ਐਸ ਐਚਓ ਸਾਹਿਬ ਕਹਿੰਦੇ ਕਿ ਸਾਡੇ ਤਾਂ ਉਹ ਗਿਰਫ ਦੇ ਵਿੱਚੋਂ ਹੀ ਬਾਹਰ ਆ ਜਦੋਂ ਜੈਪਾਲ ਭੁੱਲਰ ਵਰਗਿਆਂ ਦਾ ਇੱਥੇ ਕਲਕੱਤੇ ਜਾ ਕੇ ਇਨਕਾਊਂਟਰ ਕਰਨਾ ਹੁੰਦਾ ਉਦੋਂ ਪੁਲਿਸ ਨੂੰ ਕਿੱਥੋਂ ਬੰਦਾ ਬੰਦੇ ਵੀ ਕੰਦਾ ਜੋ ਇਹ ਕੱਢ ਲੈਂਦੇ ਪਰ ਜਦੋਂ ਇੱਕ ਪਰਿਵਾਰ ਦੇ ਨਾਮ ਜ਼ਮੀਨ ਹੈ ਪਰਿਵਾਰ ਦੇ ਲਿਖਤੀ ਰੂਪ ਦੇ ਵਿੱਚ ਸਾਰਾ ਪਰਿਵਾਰ ਹੀ ਮਤਲਬ ਇਸ ਜ਼ਮੀਨ ਦਾ ਮਾਲਕ ਹੈ ਤਾਂ ਵਿਰੋਧੀ ਧਿਰ ਸਾਡੇ ਨਾਲ ਸਿਆਸੀ ਪਾਰਟੀ ਜਿਹੜੀ ਐਮ ਐਲ ਏ ਹੈ ਸੁਖਬੀਰ ਮਾਈਸਰਖਾਨਾ ਉਹਨਾਂ ਦੀ ਛੈ ਨਾਲ ਹੀ ਸਾਰਾ ਕੁਝ ਹੁੰਦਾ ਹੈ ਪੁਲਿਸ ਦੀ ਰਲਿ ਮਿਲੀ ਭੁਗਤ ਕਰਨੀ ਸਾਰਾ ਕੁਝ ਹੋਇਆ ਤਾਂ ਕੀ ਜਦੋਂ ਕਤਲ ਹੋ ਜਾਂਦਾ ਹੈ ਕਤਲ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਦੋਸ਼ੀਆਂ ਨੂੰ ਗ੍ਰਿਫਤਾਰ ਤਾਂ ਕੀਤਾ ਜਾਂਦੇ ਅਸੀਂ ਉਦੋਂ ਵੀ 9 ਦਿਨ ਡੈੱਡ ਬੋਡੀ ਰੱਖੀ ਹੈ ਇਸ ਦਬਾਅ ਦੇ ਸਦਕਾ ਹੀ ਪੁਲਿਸ ਨੇ ਗ੍ਰਿਫਤਾਰ ਕੀਤਾ ਪਰ ਜਿਹੜੀਆਂ ਉਹਨਾਂ ਦੀਆਂ 5 ਔਰਤਾਂ ਤੇ ਪਰਚਾ ਦਰਜ ਸੀ ਉਹਨਾਂ ਨੂੰ ਨਹੀਂ ਕੀਤਾ ਉਹਨਾਂ ਨੇ ਗ੍ਰਿਫਤਾਰ ਅਸੀਂ ਲਗਾਤਾਰ ਪੰਚਾਇਤਾਂ ਨੂੰ ਲਿਆਉਂਦੇ ਰਹੇ ਸਾਡਾ ਪਰਿਵਾਰ ਇੱਥੋਂ ਦੇ ਪ੍ਰਸ਼ਾਸਨ ਨੂੰ ਮਿਲਦਾ ਰਿਹਾ ਕਿ 302 ਨਾਲ 364 ਦਾ ਪਰਚਾ ਹੈ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੇ ਉਹਨਾਂ ਦੀਆਂ ਸਿਰਫ 2 ਔਰਤਾਂ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਔਰ ਜਿਹੜੀਆਂ 3 ਔਰਤਾਂ ਨੇ ਬਿਰਸ਼ਪਾਲ ਸਿੰਘ ਦੇ ਘਰ ਵਾਲੀ ਉਹਨਾਂ ਦੀਆਂ ਦੋਨੇ ਬੇਟੀਆਂ ਉਹਨਾਂ ਨੂੰ ਇੱਕ ਵਾਰੀ ਦੇ ਵਿੱਚੋਂ ਇੱਥੋਂ ਦੇ ਪ੍ਰਸ਼ਾਸਨ ਦੁਆਰਾ ਕੱਢਿਆ ਜਾਂਦਾ ਹੈ ਹਾਲਾਂਕਿ ਉਹਨਾਂ ਤੇ 302 ਤੇ 364 ਦਾ ਪਰਚਾ ਹੈ ਜੀ ਔਰ ਇੱਥੋਂ ਦੇ ਜਿਹੜੇ ਐਮਐਲਏ ਆ ਜਿਹੜੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਕਹਿੰਦੇ ਆ ਕਿ ਅਸੀਂ ਇੱਥੇ ਲੋਕਾਂ ਲਈ ਇਨਸਾਫ ਲਈ ਆਏ ਆ ਇੱਥੇ ਬਦਲਾਅ ਲਈ ਆਏ ਆ ਇੱਥੇ ਲੋਕਾਂ ਦੇ ਨਾਲ ਉਸੇ ਤਰ੍ਹਾਂ ਧੱਕੇ ਦਾ ਧੱਕਾ ਬਿਲਕੁਲ ਹੀ ਉਵੇਂ ਹੋ ਰਿਹਾ ਤਾਂ ਜਦੋਂ ਤੁਹਾਨੂੰ ਪਤਾ ਸੀ ਕਿ ਪਰਿਵਾਰ ਕਣਕ ਘਟ ਸਕਦਾ ਉਸ ਤੋਂ ਪਹਿਲਾਂ ਉੱਚਤ ਅਧਿਕਾਰੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਹੋਈ ਡੀ ਸਾਹਿਬ ਦੇ ਨਾਲ ਐਸਐਸਪੀ ਸਾਹਿਬ ਦੇ ਨਾਲ ਬਿਲਕੁਲ ਅਸੀਂ ਏਡੀਸੀ ਸਾਹਿਬ ਨੂੰ ਵੀ ਮਿਲੇ ਏਡੀਸੀ ਸਾਹਿਬ ਨੂੰ ਦਰਖਾਸਤ ਦਿੱਤੀ ਗਈ ਕਿ ਸਾਡਾ 8 ਨਵੰਬਰ ਨੂੰ ਪਹਿਲਾਂ ਹੀ ਉਥੇ ਕਤਲ ਹੋ ਚੁੱਕਿਆ ਅਸੀਂ ਕਣਕ ਬੀਜੀ ਹੋਈ ਹੈ ਉਸ ਕਣਕ ਦੀ ਪਾਲਣ ਪੋਸ਼ਣ ਵੀ ਅਸੀਂ ਕੀਤਾ ਸਾਨੂੰ ਫੋਰਸ ਦਿੱਤੀ ਜਾਵੇ ਤਾਂ ਕਿ ਕੋਈ ਹੋਰ ਘਟਨਾ ਉਥੇ ਨਾ ਵਾਪਰ ਸਕੇ ਕਿਉਂਕਿ ਜਿਹੜੇ ਗੁਰਦੇਵ ਸਿੰਘ ਦੇ ਮੌਤ ਹੋਈ ਹੈ ਕਤਲ ਹੋਇਆ ਔਰ ਉਹਦੇ ਜਵਾਕ ਵੀ ਬੱਚੇ ਵੀ ਜਿਹੜੇ ਨਬਾਲਗ ਨੇ ਉਹਨਾਂ ਦਾ ਹੋਰ ਕੋਈ ਮਤਲਬ ਘਰ ਦਾ ਕੋਈ ਆਈਜੀ ਹੈ ਨਹੀਂਗਾ ਵੀ ਜਿਹੜਾ ਉੱਥੇ ਉਹਨਾਂ ਵਿਰੋਧੀ ਧਿਰ ਨਾਲ ਟੱਕਰਾਂ ਕਰ ਸਕੇ ਸਾਨੂੰ ਪ੍ਰਸ਼ਾਸਨ ਦੀ ਹੈਲਪ ਚਾਹੀਦੀ ਹੈ ਪਰ ਏਡੀਸੀ ਸਾਹਿਬ ਨੇ ਥੱਲੇ ਡਿਪਟੀ ਸਾਹਿਬ ਨੂੰ ਮਾਰਗ ਕਰਤੀ ਤਾਂ ਡਿਪਟੀ ਸਾਹਿਬ ਤੇ ਇੱਥੋਂ ਦਾ ਜਿਹੜਾ ਟੋਟਲੀ ਪ੍ਰਸ਼ਾਸਨਿਕ ਢਾਂਚਾ ਉਹ ਪੈਸੇ ਲੈ ਕੇ ਸਿਆਸੀ ਦਬਾਅ ਦੇ ਹੇਠਾ ਕੇ ਸਾਡੀ ਵਿਰੋਧੀ ਧਿਰ ਦੀ ਹੀ ਹੈਲਪ ਕਰਦਾ ਆਉਂਦਾ ਸ਼ੁਰੂ ਤੋਂ ਜੇ ਸਿਆਸੀ ਦਬਾਅ ਨਾ ਹੁੰਦਾ ਜੇ ਸਾਨੂੰ ਇੱਥੇ ਸੱਚੀ ਇਨਸਾਫ ਦੇਣ ਦੀ ਕੋਈ ਗੱਲ ਕੀਤੀ ਜਾਂਦੀ ਤਾਂ ਸਾਨੂੰ ਇੱਥੇ ਰਾਤਾਂ ਕੱਟਣ ਲਈ ਥਾਂ ਨਹੀਂ ਮਜਬੂਰ ਨਾ ਹੋਣਾ ਪੈਂਦਾ ਸਾਨੂੰ ਅਸੀਂ ਅੱਜ ਇਸ ਗੱਲ ਲਈ ਮਜਬੂਰ ਆ ਕਿ ਸਾਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਆ ਸੀ ਕਿਉਂਕਿ ਪ੍ਰਸ਼ਾਸਨ ਸਾਡੀ ਕੋਈ ਸੁਣਨੀ ਨਹੀਂ ਰਿਹਾ ਹੈਗਾ ਤਾਂ ਇਹ ਵੀ ਹੁੰਦਾ ਹੈ ਭਗਵੰਤ ਸਿੰਘ ਮਾਨ ਨੇ ਇੱਕ ਐਂਟੀ ਕ腐ਪਸ਼ਨ ਨੰਬਰ ਜਾਰੀ ਕਰਦੇ ਨੇ ਉਸ ਤੋਂ ਬਾਅਦ ਕਿਉਂਕਿ ਤੁਸੀਂ ਦੋਸ਼ ਲਾ ਰਹੇ ਹੋ ਸਿੱਧੇ ਸਿੱਧੇ ਕਿ ਸੁਖਵੀਰ ਸਿੰਘ ਮੈਸਨ ਖਾਨਾ ਸਿੱਧੇ ਤੌਰ ਤੇ ਉਹ ਪਾਰਟੀ ਦੀ ਮਦਦ ਕਰ ਰਿਹਾ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਭਗਵੰਤ ਸਿੰਘ ਮਾਨ ਜਾਂ ਉਸ ਤੋਂ ਜਿਹੜੇ ਪਾਰਟੀ ਦੇ ਨਮਾਇਦੇ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਭਾਵੇਂ ਉਹ ਕਹਿ ਰਹੇ ਨੇ ਕਿ ਅਸੀਂ ਹਰ ਵਰਗ ਨੂੰ ਇਨਸਾਫ ਦੇਵਾਂਗੇ ਦੇਖੋ ਅਸੀਂ ਪਰਸੋਂ ਐਮਐਲਏ ਸਾਹਿਬ ਸੁਖਬੀਰ ਮੈਸਰਖਾਨਾ ਕੋਲ ਗਏ ਵੀ ਭਾਈ ਤੁਸੀਂ ਝੂਠ ਦੀ ਗਵਾਹੀ ਨਾ ਭਰੋ ਕਿਉਂਕਿ ਸਾਨੂੰ ਪਤਾ ਲੱਗਿਆ ਸੀ ਬੰਦਿਆਂ ਤੋਂ ਕਿ ਉਹ ਭੁੰਦੜਾਲੀ ਪਾਰਟੀ ਦੀ ਸਪੋਰਟ ਕਰ ਰਹੇ ਨੇ ਉਹਨਾਂ ਤੇ ਪੁਲਿਸ ਦਾ ਦਬਾਵਾ ਹੈ ਪੁਲਿਸ ਨੂੰ ਉਹਨਾਂ ਨੇ ਕਿਹਾ ਹੋਇਆ ਵੀ ਭਾਈ ਭੁੰਦੜਾਲੀ ਪਾਰਟੀ ਨੂੰ ਵੜਾਓ ਤੁਸੀਂ ਕਣ ਇਸ ਕਰਕੇ ਪ੍ਰਸ਼ਾਸਨ ਵੀ ਸਾਨੂੰ आ, मतलब ਲਾਉਂਦਾ ਰਿਹਾ ਲਾਰੇ ਤਾਂ ਅਸੀਂ ਉਹਨਾਂ ਕੋਲ ਸੁਖਵੀਰ ਮੈਸਰਖਾਨਾ ਕੋਲ ਗਏ ਵੀ ਸਾਡੀ ਸੱਚ ਦੀ ਆਵਾਜ਼ ਸੁਣੀ ਜਾਵੇ ਕਿਉਂਕਿ ਸਾਡਾ ਪਹਿਲਾਂ ਹੀ ਉੱਥੇ ਕਤਲ ਹੋ ਚੁੱਕਿਆ ਜ਼ਮੀਨ ਦੇ ਮਾਲਕ ਅਸੀਂ ਆ ਪਰ ਸਾਨੂੰ ਸੁਖਵੀਰ ਮੈਸਰਖਾਨਾ ਨੇ ਟਾਲਤਾ ਕਹਿੰਦੇ 20 ਤਰੀਕ ਨੂੰ ਦੋਨੇ ਤਰ੍ਹਾਂ ਨੂੰ ਬਹਾਵਾਗੇ ਦੋਨੇ ਤਰ੍ਹਾਂ ਦਾ ਨਿਪਟਾਰਾ ਕਰਵਾਵਾਂਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ 20 ਤਰੀਕ ਤੋਂ ਪਹਿਲਾਂ ਤਾਂ ਅਸੀਂ ਕੰਕ ਬੜਾ ਦੇਾਂਗੇ ਤਾਂ ਹੁਣ ਇਸ ਤਰ੍ਹਾਂ ਦਾ ਵੀ ਜਦੋਂ ਤੁਸੀਂ ਥਾਣੇ ਦੇ ਵਿੱਚ ਆਇਓ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਜਿੰਨਾ ਲੋਕਾਂ ਨੇ ਅੱਜ ਕਣਕ ਕੱਟੀ ਹੈ ਦੇਖੋ ਅਸੀਂ ਐਸਐਚਓ ਸਾਹਿਬ ਨੂੰ ਕਿਹਾ ਕਿ ਭਾਈ ਜਿੰਨਾ ਟਾਈਮ ਕਣਕ ਦੀ ਬਰਾਮਦਗੀ ਨਹੀਂ ਹੁੰਦੀ ਜਿੰਨਾ ਟਾਈਮ ਕੰਬਾਈਨ ਨਹੀਂ ਬਰਾਮਦ ਕੀਤੀ ਜਾਂਦੀ ਜਿੰਨਾ ਟਾਈਮ ਉਹਨਾਂ ਬੰਦੇ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਉਹਨਾਂ ਟਾਈਮ ਸਾਡਾ ਪਰਿਵਾਰ ਇੱਥੇ ਥਾਣੇ ਦੇ ਵਿੱਚ ਹੀ ਰਾਤ ਕੱਟੂਗਾ ਔਰ ਅਸੀਂ ਉਹਨਾਂ ਟਾਈਮ ਨਹੀਂ ਜਾਵਾਂਗੇ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਜਿੰਨਾ ਟਾਈਮ ਪੂਰੀ ਦੀ ਪੂਰੀ ਕਣਕ ਬਰਾਮਦ ਨਹੀਂ ਹੁੰਦੀ ਜਿੰਨਾ ਟਾਈਮ ਪੂਰੇ ਦਾ ਪੂਰਾ ਜਿਹੜਾ ਉਹ ਕੰਬਾਈਨ ਵਗੈਰਾ ਬਰਾਮਦ ਨਹੀਂ ਹੁੰਦੀ 8 ਨਵੰਬਰ ਨੂੰ ਤਾਂ ਉਹਨਾਂ ਦੇ ਮਾਤਾ ਜੀ ਨੇ ਸਾਡੇ ਨਾਲ ਕਤਲ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿਸ ਤਰ੍ਹਾਂ ਦਾ ਰਵੱਈਆ ਰਹਿੰਦਾ ਤੁਹਾਡੇ ਨਾਲ ਕਿ ਇਨਸਾਫ ਨੂੰ ਲੈ ਕੇ ਜਾਂ ਤੁਹਾਡੀ ਮਦਦ ਕੀਤੀ ਜਾਂਦੀ ਹੈ ਸਾਡੀ ਉਨੀ ਕੋਈ ਮਦਦਤ ਨਹੀਂ ਹੁੰਦੀ ਜੀ ਹਾਂ ਸਾਡੀ ਮਦਦਤ ਕੀਤੀ ਜਾਂਦੀ ਤਾਂ ਜਿਹੜੇ ਬੰਦੇ ਕੱਢਤੇ ਉਹ ਕੱਡੇ ਵੀ ਨਹੀਂ ਸੀ ਜਾਂਦੀ ਉਹ ਬੰਦੇ ਕੱਡੇ ਵੀ ਅੱਜ ਕਣਕ ਵੱਢ ਕੇ ਲਗੇ ਆ ਜੀ ਉਹੀ ਬੁੜੀ ਜਿਹੜੀਆਂ ਕੱਢੀਆਂ ਉਹੀ ਅੱਜ ਕਣਕ ਲੈ ਕੇ ਗਈਆਂ ਜੀ ਉਹਨਾਂ ਨੇ ਹੀ ਵੱਢਿਆ ਸਾਡੀ ਕੋਈ ਮਦਦਤ ਨਹੀਂ ਕੀਤੀ ਜੀ ਤਾਂ ਜੇ ਤੁਹਾਨੂੰ ਕੋਈ ਲੱਗਦੀ ਹੈ ਕਿਸੇ ਤਰ੍ਹਾਂ ਤੁਹਾਡਾ ਪੱਖ ਸੁਣਿਆ ਗਿਆ ਉਸ ਸਮੇਂ ਕੋਈ ਸਾਡਾ ਇਹਨਾਂ ਪੱਖ ਸੁਣੀਦਾ ਨਹੀਂ ਜੀ ਜੀ ਹਾਂ ਸਾਡਾ ਪੱਖ ਸੁਣੀਦਾ ਹੁੰਦਾ ਤਾਂ ਸਾਡੇ ਨਾਲ ਆਹ ਹਾਲ ਹੁੰਦਾ ਹੀ ਨਹੀਂ ਸੀਗਾ ਜੀ ਤਾਂ ਕੀ ਲੱਗਦਾ ਹੈ ਕਿਉਂਕਿ ਸਰਕਾਰ ਜਿਹੜੀ ਆਵਾਮੀ ਪਾਰਟੀ ਦੀ ਬਣਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੰਦੇ ਨੇ ਕਿਸ ਤਰ੍ਹਾਂ ਦਾ ਲੱਗਦਾ ਕਿਉਂਕਿ ਉਹ ਕਹਿੰਦੇ ਸੀ ਹਰ ਵਰਗ ਨੂੰ ਇਨਸਾਫ ਦਿੱਤਾ ਜਾਵੇਗਾ ਸਾਨੂੰ ਤਾਂ ਐ ਲੱਗਦਾ ਵੀ ਕਿਤੇ ਇਨਸਾਫ ਹੀ ਹੈ ਨਹੀਂ ਜੀ ਜਦੋਂ ਸਾਡੇ ਨਾਲ ਇਨਸਾਫ ਨਹੀਂ ਹੁੰਦਾਗਾ ਹੁਣ ਮਹੀਨਾ ਹੋ ਗਿਆ ਭਗਵੰਤ ਮਾਨ ਦੀ ਸਰਕਾਰ ਆਈ ਨੂੰ ਤੇ ਸਾਨੂੰ ਮਾਈ ਸਰਖਾਨੇ ਨੇ ਜਦੋਂ ਕੋਈ ਇਨਸਾਫ ਹੀ ਨਹੀਂ ਦਿੱਤਾ ਜੀ ਸੰਤਾ ਆ ਵੀ ਕੋਈ ਵੀ ਸਾਫ ਨਹੀਂ ਗਾ ਤਾਂ ਇਹ ਪਰਿਵਾਰ ਹੈ ਜਿਹੜਾ ਸਿੱਧੇ ਸਿੱਧੇ ਦੋਸ਼ ਲਾ ਰਿਹਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਉਹਨਾਂ ਨੇ ਸਾਫ ਤੌਰ ਤੇ ਕਿਹਾ ਹੈ ਕਿ ਡਿਫਟੀ ਆ ਜਿਹੜੇ ਹੈਗੇ ਨੇ ਥਾਣੇ ਦੇ ਐਸ ਐਚਓ ਆ ਔਰ ਨਾਲ ਦੀ ਨਾਲ ਭਗਵਾਨ ਸਿੰਘ ਮਾਨ ਭਵੇਂ ਕੀ ਕਹਿੰਦੇ ਨੇ ਪੰਜਾਬ ਦੇ ਵਿੱਚ ਬਦਲ ਹੋ ਚੁੱਕਿਆ ਲੇਕਿਨ ਅੱਧੀ ਰਾਤ ਨੂੰ ਇਹ ਔਰਤਾਂ ਨੇ ਜਿਹੜੀਆਂ ਥਾਣੇ ਦੇ ਵਿੱਚ ਖੜੀਆਂ ਹੋਈਆਂ ਨੇ ਕਿ ਬਾਕੀ ਪੰਜਾਬ ਦੇ ਅੰਦਰ ਬਦਲ ਹੋ ਚੁੱਕਿਆ ਜੇ ਬਦਲ ਹੋਇਆ ਹੁੰਦਾ ਤਾਂ ਇਸ ਤਰ੍ਹਾਂ ਦਾ ਨਾ ਹੁੰਦਾ ਤਾਂ ਸਿੱਧੇ ਸਿੱਧੇ ਦੋਸ਼ ਸੁਖਵੀਰ ਸਿੰਘ ਮੈਸਰ ਖਾਨਾ ਦੇ ਉੱਤੇ ਲੱਗ ਰਹੇ ਨੇ ਕਿ ਉਹ ਜਿਹੜੀ ਪਾਰਟੀ ਹੈਗੀ ਆ ਜਿਹੜੀ ਪਾਰਟੀ ਕਤਲ ਕਰਦੀ ਹੈ ਕਤਲ ਕਰਨ ਵਾਲੀ ਧੈਰਾ ਉਹਨਾਂ ਦੇ ਨਾਲ ਸਿੱਧੇ ਤੌਰ ਤੇ ਭukt ਰਹੇ ਨੇ ਤੇ ਨਾਲ ਦੀ ਨਾਲ ਪ੍ਰਸ਼ਾਸਨ ਦੇ ਉੱਤੇ ਵੱਡੇ ਦੋਸਤ ਜਿਹੜਾ ਹੈਗਾ ਪਰਿਵਾਰ ਲਾ ਰਿਹਾ ਹੈ ਕਣਕ ਵੀ ਕੱਟੀ ਗਈ ਹੈ ਕਤਲ ਵੀ ਹੁੰਦਾ ਉਸ ਤਰ੍ਹਾਂ ਦਾ ਇਨਸਾਫ ਹੈ ਜਿਹੜਾ ਪਰਿਵਾਰ ਨੂੰ ਨਹੀਂ ਮਿਲਦਾ ਤਾਂ ਇਹ ਪੂਰਾ ਪਰਿਵਾਰ ਹੈ ਜਿਹੜਾ ਥਾਣੇ ਦੇ ਵਿੱਚ ਆ ਤਾਂ ਕੀ ਬਾਕੀ ਹੀ ਇਸ ਪਰਿਵਾਰ ਨੂੰ ਇਨਸਾਫ ਮਿਲ ਪਾਵੇਗਾ ਜਾਂ ਨਹੀਂ ਤੁਸੀਂ ਦੇਖਦੇ ਰਹੋ ਲੋਕ ਵਾਈਟ ਟੀਵੀ ਤੇ ਮੈਂ ਮਨਪ੍ਰੀਤ ਤਰਮਣਵਾਸ